ਆ ਤਸਵੀਰਾਂ ਦੇਖੋ, ਇਸ ਥਾਂ ਤੇ ਥੋੜੀ ਦੇਰ ਪਹਿਲਾਂ ਰੌਣਕਾਂ ਲੱਗੀਆਂ ਹੋਈਆਂ ਸੀ ਕਿਉਂਕਿ ਵਿਆਹ ਦਾ ਮਾਹੌਲ ਸੀ। ਕੁਝ ਗੱਲ ਹੁੰਦੀ ਹੈ ਜਿਸ ਕਰਕੇ ਬਰਾਤੀ ਅਤੇ ਕੁੜੀ ਵਾਲੇ ਆਪਸ 'ਚ ਲੜ ਪੈਂਦੇ ਨੇ, ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਬੈਲਟਾਂ ਦੇ ਨਾਲ ਬਰਾਤੀਆਂ ਨੂੰ ਕੁੱਟਿਆ ਏ। ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਪਹਿਲਾਂ ਬਹਿਸਮ ਬਸਾਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਬੈਲਟਾਂ ਡੰਡੇ ਚੱਲਣ ਲੱਗ ਜਾਂਦੇ ਨੇ। ਜਿਹੜੇ ਮਰਦ ਨੇ ਉਹ ਤਾਂ ਲੜਦੇ ਹੋਏ ਦਿਖਾਈ ਦੇ ਰਹੇ ਨੇ, ਪਰ ਇਸ ਤਸਵੀਰਾਂ ਦੇ ਵਿੱਚ ਔਰਤਾਂ ਵੀ ਡੰਡੇ ਚੁੱਕ ਕੇ ਹਮਲਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਕਹਿੰਦੇ ਨੇ ਕਿ ਕੁੜੀਆਂ ਮੁੰਡਿਆਂ ਤੋਂ ਕਿਸੇ ਕੰਮ 'ਚ ਵੀ ਪਿੱਛੇ ਨਹੀਂ, ਤਾਂ ਲੜਾਈ ਦੀਆਂ ਵੀ ਤਸਵੀਰਾਂ ਤੁਸੀਂ ਦੇਖ ਲਓ। ਇਸ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੱਚੀਓ ਕੁੜੀਆਂ ਮੁੰਡਿਆਂ ਨੂੰ ਪਿੱਛੇ ਛੱਡ ਰਹੀਆਂ ਨੇ ਹਰੇਕ ਕੰਮ ਦੇ ਵਿੱਚ, ਭਾਵੇਂ ਉਹ ਲੜਾਈ ਹੋਵੇ ਭਾਵੇਂ ਉਹ ਪੜ੍ਹਾਈ ਹੋਵੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਹਾਰਨਪੁਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਬੇਹਟ ਕੋਤਵਾਲੀ ਇਲਾਕੇ ਦੇ ਅੰਦਰ ਵਿਆਹ ਸਮਾਗਮ ਚੱਲ ਰਿਹਾ ਸੀ, ਜਿਸ ਦੇ ਦੌਰਾਨ ਅਚਾਨਕ ਲੜਾਈ ਹੋ ਜਾਂਦੀ ਹੈ। ਲੜਾਈ ਇੰਨੀ ਭਿਆਨਕ ਹੋਈ ਕਿ ਅੱਧਾ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਲੜਾਈ ਝਗੜਾ ਕਰਨ ਵਾਲੇ 3 ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿਉਂਕਿ ਕੁੜੀ ਵਾਲਿਆਂ ਨੇ ਬੈਲਟਾਂ ਦੇ ਨਾਲ ਬਰਾਤੀ ਕੁੱਟੇ ਨੇ, ਤਾਂ ਕਰਕੇ ਲੋਕ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕਰ ਰਹੇ ਨੇ। ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਇਹ ਵੀਡੀਓ, ਕਿਉਂਕਿ ਕੁਝ ਸਮੇਂ ਪਹਿਲਾਂ ਇਸ ਥਾਂ 'ਤੇ ਰੌਣਕਾਂ ਲੱਗੀਆਂ ਹੋਈਆਂ ਸੀ, ਗੀਤ ਵੱਜ ਰਹੇ ਸੀ, ਸਾਰੇ ਖੁਸ਼ ਸੀ, ਮਠਿਆਈਆਂ ਖਾ ਰਹੇ ਸੀ, ਪਰ ਅਚਾਨਕ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਅਤੇ ਝਗੜਾ ਖੂਨੀ ਰੂਪ ਧਾਰਨ ਕਰ ਲੈਂਦਾ ਹੈ। ਇਸ ਝਗੜੇ ਦੇ ਵਿੱਚ ਅੱਧਾ ਦਰਜਨ ਯਾਨੀ ਕਿ 6 ਲੋਕ ਜ਼ਖਮੀ ਹੋਏ ਨੇ ਅਤੇ 3 ਨੂੰ ਗ੍ਰਿਫਤਾਰ ਕਰ ਲਿਆ ਗਿਆ। ਆ ਤਸਵੀਰਾਂ ਦੇਖੋ, ਇਸ ਥਾਂ 'ਤੇ ਥੋੜ੍ਹੀ ਦੇਰ ਪਹਿਲਾਂ ਰੌਣਕਾਂ ਲੱਗੀਆਂ ਹੋਈਆਂ ਸੀ ਕਿਉਂਕਿ ਵਿਆਹ ਦਾ ਮਾਹੌਲ ਸੀ। ਕੁਝ ਗੱਲ ਹੁੰਦੀ ਹੈ ਜਿਸ ਕਰਕੇ ਬਰਾਤੀ ਅਤੇ ਕੁੜੀ ਵਾਲੇ ਆਪਸ 'ਚ ਲੜ ਪੈਂਦੇ ਨੇ, ਜਿਸ ਤੋਂ ਬਾਅਦ ਕੁੜੀ ਵਾਲਿਆਂ ਨੇ ਬੈਲਟਾਂ ਦੇ ਨਾਲ ਬਰਾਤੀਆਂ ਨੂੰ ਕੁੱਟਿਆ ਏ। ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਪਹਿਲਾਂ ਬਹਿਸਮ ਬਸਾਈ ਹੁੰਦੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਬੈਲਟਾਂ ਡੰਡੇ ਚੱਲਣ ਲੱਗ ਜਾਂਦੇ ਨੇ। ਜਿਹੜੇ ਮਰਦ ਨੇ ਉਹ ਤਾਂ ਲੜਦੇ ਹੋਏ ਦਿਖਾਈ ਦੇ ਰਹੇ ਨੇ, ਪਰ ਇਸ ਤਸਵੀਰਾਂ ਦੇ ਵਿੱਚ ਔਰਤਾਂ ਵੀ ਡੰਡੇ ਚੁੱਕ ਕੇ ਹਮਲਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਕਹਿੰਦੇ ਨੇ ਕਿ ਕੁੜੀਆਂ ਮੁੰਡਿਆਂ ਤੋਂ ਕਿਸੇ ਕੰਮ 'ਚ ਵੀ ਪਿੱਛੇ ਨਹੀਂ, ਤਾਂ ਲੜਾਈ ਦੀਆਂ ਵੀ ਤਸਵੀਰਾਂ ਤੁਸੀਂ ਦੇਖ ਲਓ। ਇਸ ਦੇ ਵਿੱਚ ਵੀ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੱਚੀਓ ਕੁੜੀਆਂ ਮੁੰਡਿਆਂ ਨੂੰ ਪਿੱਛੇ ਛੱਡ ਰਹੀਆਂ ਨੇ ਹਰੇਕ ਕੰਮ ਦੇ ਵਿੱਚ, ਭਾਵੇਂ ਉਹ ਲੜਾਈ ਹੋਵੇ ਭਾਵੇਂ ਉਹ ਪੜ੍ਹਾਈ ਹੋਵੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਹਾਰਨਪੁਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਬੇਹਟ ਕੋਤਵਾਲੀ ਇਲਾਕੇ ਦੇ ਅੰਦਰ ਵਿਆਹ ਸਮਾਗਮ ਚੱਲ ਰਿਹਾ ਸੀ, ਜਿਸ ਦੇ ਦੌਰਾਨ ਅਚਾਨਕ ਲੜਾਈ ਹੋ ਜਾਂਦੀ ਹੈ। ਲੜਾਈ ਇੰਨੀ ਭਿਆਨਕ ਹੋਈ ਕਿ ਅੱਧਾ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਲੜਾਈ ਝਗੜਾ ਕਰਨ ਵਾਲੇ 3 ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰ ਤਸਵੀਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਕਿਉਂਕਿ ਕੁੜੀ ਵਾਲਿਆਂ ਨੇ ਬੈਲਟਾਂ ਦੇ ਨਾਲ ਬਰਾਤੀ ਕੁੱਟੇ ਨੇ, ਤਾਂ ਕਰਕੇ ਲੋਕ ਇਸ ਵੀਡੀਓ ਨੂੰ ਕਾਫੀ ਤੇਜ਼ੀ ਦੇ ਨਾਲ ਸ਼ੇਅਰ ਕਰ ਰਹੇ ਨੇ। ਕਾਫੀ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ ਇਹ ਵੀਡੀਓ, ਕਿਉਂਕਿ ਕੁਝ ਸਮੇਂ ਪਹਿਲਾਂ ਇਸ ਥਾਂ 'ਤੇ ਰੌਣਕਾਂ ਲੱਗੀਆਂ ਹੋਈਆਂ ਸੀ, ਗੀਤ ਵੱਜ ਰਹੇ ਸੀ, ਸਾਰੇ ਖੁਸ਼ ਸੀ, ਮਠਿਆਈਆਂ ਖਾ ਰਹੇ ਸੀ, ਪਰ ਅਚਾਨਕ ਕਿਸੇ ਗੱਲ ਨੂੰ ਲੈ ਕੇ
ਝਗੜਾ ਹੋ ਜਾਂਦਾ ਹੈ ਅਤੇ ਝਗੜਾ ਖੂਨੀ ਰੂਪ ਧਾਰਨ ਕਰ ਲੈਂਦਾ ਹੈ। ਇਸ ਝਗੜੇ ਦੇ ਵਿੱਚ ਅੱਧਾ ਦਰਜਨ ਯਾਨੀ ਕਿ 6 ਲੋਕ ਜ਼ਖਮੀ ਹੋਏ ਨੇ ਅਤੇ 3 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।